अज अंतरराष्ट्रीय जमहूरियत दिहाड़ा हैगा जो यूनाइटेड नेशन मनवांदा हैगा कि साडे गुरुद्वारा घर दे जिहड़े चोण है वह 2011 तो बाद अज 13 साल हो गए कराए नहीं गए। जिहड़ा इलैक्शन कमिशन सिख गुरुद्वारा एक्ट दा हैगा उन्होंने एक हदायत दित्ती है पंजाब सरकार नूं कि साडे गुरु घर दे चोणां दा काम शुरू किया जाए कर रहा और सिखी प्रफुल्लित करन दी थां दिन पर दिन बेअदबियां ते होर कड़ैतां हो रही ए बहुमत की चाल है। घट गिनतियां दीआं संस्थावां उन्हां दीआं जिहड़ियां धार्मिक संस्थावां है उन्हां नूं बेअदबियां च रोल के आपस च लड़ाइयां पवा के इन्हां ने ना साडे चोण होण देने है ना सानू अपने गुरु घर ठीक तरह चलाण देने है। भाई खालसा वाहिगुरू फतेह। अज अंतरराष्ट्रीय जमहूरियत दिहाड़ा हैगा जो यूनाइटेड नेशन मनवांदा हैगा। इदन असीं सारे जहान नूं याद दिवाना चाहुंदे हां कि साडे गुरुद्वारा घर दे जिहड़े चोण है वह 2011 तो बाद अज 13 साल हो गए कराए नहीं गए। इस तों अलावा जिहड़े धारा 87 दे गुरु घर है जो कि पंजाब सरकार कराउंदी है उन्होंने भी ये हुण 17 साल हो गए 2005 दे विच ये होए सीगे हुण 19वें साल चल रहा है वह साडे लोकल कमेटी गुरुद्वारियां दे नहीं कराए। जिहड़ा इलैक्शन कमिशन सिख गुरुद्वारा एक्ट दा हैगा उन्होंने एक हदायत दित्ती है पंजाब सरकार नूं कि साडे गुरु घर दे चोणां दा काम शुरू किया जाए ना भगवंत मान ने ना सेंटर ने किसी ने भी इस दे उत्ते अमल नहीं किया हैगा। साडे गुरु घरां दे विच कुड़ैतां वध रही हैं 328 सरूप गायब किए गए हैं इहदे विच पीटीसी का राज किया होया है गुरु घर प्रचार नहीं कर रहा और सिखी प्रफुल्लित करन दी थां दिन पर दिन बेअदबियां ते होर कुड़ैतां हो रही हैं जिहदे विच तंबाकू कंपनी तो पैसे लैके अकाली दल ने उत्थे आनंदपुर साहब च भी सिगरटां ते होर जिहड़े नशाई चीजा हैगियां ਉਹ ਬਾਰ ਬਾਰ ਸਾਨੂੰ ਮਿਲਦੀਆਂ ਸੋ ਇਹ ਪ੍ਰਬੰਧ ਜਿੰਨੀ ਦੇਰ ਚੋਣ ਨਹੀਂ ਹੁੰਦੇ ਅਸੀਂ ਆਪਣੇ ਆਪ ਦੇ ਗੁਰੂ ਘਰ 'ਚ ਸਫਾਈ ਨਹੀਂ ਕਰ ਸਕਦੇ ਸਗੋਂ ਇੱਥੇ ਚੋਣ ਕਰਾ ਕੇ ਸਾਨੂੰ ਆਪ ਦੀ ਸਫਾਈ ਕਰਨ ਦੀ ਥਾਂ ਭਗਵੰਤ ਮਾਨ ਵਿਧਾਨ ਸਭਾ 'ਚ ਜਿੱਥੇ ਕੋਈ ਮਜਬੂਰੀ ਨਹੀਂ ਕਿ ਸਿੱਖ ਉੱਥੇ ਹੋਵੇ ਨਾ ਹੋਵੇ ਹਰੇਕ ਵਰਗ ਦਾ ਹਰੇਕ ਧਰਮ ਦਾ ਉੱਥੇ ਚੁਣਿਆ ਜਾਂਦਾ ਹੈ ਪਰ ਉਹ ਗੁਰਸਿੱਖ ਹੋਏ ਨਾ ਹੋਏ ਉਹ ਵੀ ਸਾਡੇ ਉੱਤੇ ਕਾਨੂੰਨ ਲਾਗੂ ਕਰਨ ਲੱਗ ਪਏ ਹੈ ਪਰ ਆਪ ਜਿਹੜਾ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਹੁੰਦਾ ਚੋਣ ਦਾ ਉਹਦੇ ਉੱਤੇ ਕੋਈ ਅਮਲ ਨਹੀਂ ਕਰ ਰਹੇ। ਇਹ ਬਹੁਮਤ ਦੀ ਚਾਲ ਹੈ। ਘੱਟ ਗਿਣਤੀਆਂ ਦੀਆਂ ਸੰਸਥਾਵਾਂ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈ ਉਹਨਾਂ ਨੂੰ ਬੇਅਦਬੀਆਂ 'ਚ ਰੋਲ ਕੇ ਆਪਸ 'ਚ ਲੜਾਈਆਂ ਪਵਾ ਕੇ ਇਹਨਾਂ ਨੇ ਨਾ ਸਾਡੇ ਚੋਣ ਹੋਣ ਦੇਣੇ ਹੈ ਨਾ ਸਾਨੂੰ ਆਪਣੇ ਗੁਰੂ ਘਰ ਠੀਕ ਤਰ੍ਹਾਂ ਚਲਾਉਣ ਦੇਣੇ ਹੈ। ਭਾਈ ਖਾਲਸਾ ਵਾਹਿਗੁਰੂ ਫਤਿਹ। ਅੱਜ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਹੈਗਾ ਜੋ ਯੂਨਾਈਟਿਡ ਨੇਸ਼ਨ ਮਨਵਾਉਂਦਾ ਹੈਗਾ। ਇਦਣ ਅਸੀਂ ਸਾਰੇ ਜਹਾਨ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਗੁਰਦੁਆਰਾ ਘਰ ਦੇ ਜਿਹੜੇ ਚੋਣ ਹੈ ਉਹ 2011 ਤੋਂ ਬਾਅਦ ਅੱਜ 13 ਸਾਲ ਹੋ ਗਏ ਕਰਾਏ ਨਹੀਂ ਗਏ। ਇਸ ਤੋਂ ਇਲਾਵਾ ਜਿਹੜੇ ਧਾਰਾ 87 ਦੇ ਗੁਰੂ ਘਰ ਹੈ ਜੋ ਕਿ ਪੰਜਾਬ ਸਰਕਾਰ ਕਰਾਉਂਦੀ ਹੈ ਉਹਨਾਂ ਨੇ ਵੀ ਇਹ ਹੁਣ 17 ਸਾਲ ਹੋ ਗਏ 2005 ਦੇ ਵਿੱਚ ਇਹ ਹੋਏ ਸੀਗੇ ਹੁਣ 19ਵੇਂ ਸਾਲ ਚੱਲ ਰਿਹਾ ਹੈ ਉਹ ਸਾਡੇ ਲੋਕਲ ਕਮੇਟੀ ਗੁਰਦੁਆਰਿਆਂ ਦੇ ਨਹੀਂ ਕਰਾਏ। ਜਿਹੜਾ ਇਲੈਕਸ਼ਨ ਕਮਿਸ਼ਨ ਸਿੱਖ ਗੁਰਦੁਆਰਾ ਐਕਟ ਦਾ ਹੈਗਾ ਉਹਨਾਂ ਨੇ ਇੱਕ ਹਦਾਇਤ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਸਾਡੇ ਗੁਰੂ ਘਰ ਦੇ ਚੋਣਾਂ ਦਾ ਕੰਮ ਸ਼ੁਰੂ ਕੀਤਾ ਜਾਏ ਨਾ ਭਗਵੰਤ ਮਾਨ ਨੇ ਨਾ ਸੈਂਟਰ ਨੇ ਕਿਸੇ ਨੇ ਵੀ ਇਸ ਦੇ ਉੱਤੇ ਅਮਲ ਨਹੀਂ ਕੀਤਾ ਹੈਗਾ। ਸਾਡੇ ਗੁਰੂ ਘਰਾਂ ਦੇ ਵਿੱਚ ਕੁੜੈਤਾਂ ਵੱਧ ਰਹੀਆਂ 328 ਸਰੂਪ ਗਾਇਬ ਕੀਤੇ ਗਏ ਹੈ ਇਹਦੇ ਵਿੱਚ ਪੀਟੀਸੀ ਦਾ ਰਾਜ ਕੀਤਾ ਹੋਇਆ ਹੈ ਗੁਰੂ ਘਰ ਪ੍ਰਚਾਰ ਨਹੀਂ ਕਰ ਰਿਹਾ ਔਰ ਸਿੱਖੀ ਪ੍ਰਫੁੱਲਿਤ ਕਰਨ ਦੀ ਥਾਂ ਦਿਨ ਪਰ ਦਿਨ ਬੇਅਦਬੀਆਂ ਤੇ ਹੋਰ ਕੁੜੈਤਾਂ ਹੋ ਰਹੀਆਂ ਜਿਹਦੇ ਵਿੱਚ ਤੰਬਾਕੂ ਕੰਪਨੀ ਤੋਂ ਪੈਸੇ ਲੈ ਕੇ ਅਕਾਲੀ ਦਲ ਨੇ ਉੱਥੇ ਆਨੰਦਪੁਰ ਸਾਹਿਬ 'ਚ ਵੀ ਸਿਗਰਟਾਂ ਤੇ ਹੋਰ ਜਿਹੜੇ ਨਸ਼ਾਈ ਚੀਜ਼ਾਂ ਹੈਗੀਆਂ ਉਹ ਬਾਰ ਬਾਰ ਸਾਨੂੰ ਮਿਲਦੀਆਂ ਸੋ ਇਹ ਪ੍ਰਬੰਧ ਜਿੰਨੀ ਦੇਰ ਚੋਣ ਨਹੀਂ ਹੁੰਦੇ ਅਸੀਂ ਆਪਣੇ ਆਪ ਦੇ ਗੁਰੂ ਘਰ 'ਚ ਸਫਾਈ ਨਹੀਂ ਕਰ ਸਕਦੇ ਸਗੋਂ ਇੱਥੇ ਚੋਣ ਕਰਾ ਕੇ ਸਾਨੂੰ ਆਪ ਦੀ ਸਫਾਈ ਕਰਨ ਦੀ ਥਾਂ ਭਗਵੰਤ ਮਾਨ ਵਿਧਾਨ ਸਭਾ 'ਚ ਜਿੱਥੇ ਕੋਈ ਮਜਬੂਰੀ ਨਹੀਂ ਕਿ ਸਿੱਖ ਉੱਥੇ ਹੋਵੇ ਨਾ ਹੋਵੇ ਹਰੇਕ ਵਰਗ ਦਾ ਹਰੇਕ ਧਰਮ ਦਾ ਉੱਥੇ ਚੁਣਿਆ ਜਾਂਦਾ ਹੈ ਪਰ ਉਹ ਗੁਰਸਿੱਖ ਹੋਏ ਨਾ ਹੋਏ ਉਹ ਵੀ ਸਾਡੇ ਉੱਤੇ ਕਾਨੂੰਨ ਲਾਗੂ ਕਰਨ ਲੱਗ ਪਏ ਹੈ ਪਰ ਆਪ ਜਿਹੜਾ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਹੁੰਦਾ ਚੋਣ ਦਾ ਉਹਦੇ ਉੱਤੇ ਕੋਈ ਅਮਲ ਨਹੀਂ ਕਰ ਰਹੇ। ਇਹ ਬਹੁਮਤ ਦੀ ਚਾਲ ਹੈ। ਘੱਟ ਗਿਣਤੀਆਂ ਦੀਆਂ ਸੰਸਥਾਵਾਂ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈ
ਉਹਨਾਂ ਨੂੰ ਬੇਅਦਬੀਆਂ 'ਚ ਰੋਲ ਕੇ ਆਪਸ 'ਚ ਲੜਾਈਆਂ ਪਵਾ ਕੇ ਇਹਨਾਂ ਨੇ ਨਾ ਸਾਡੇ ਚੋਣ ਹੋਣ ਦੇਣੇ ਆ ਨਾ ਸਾਨੂੰ ਆਪਣੇ ਗੁਰੂ ਘਰ ਠੀਕ ਤਰ੍ਹਾਂ ਚਲਾਉਣ ਦੇਣੇ ਆ। ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਹੈਗਾ ਜੋ ਯੂਨਾਈਟਿਡ ਨੇਸ਼ਨ ਮਨਵਾਉਂਦਾ ਹੈਗਾ। ਇਦਣ ਅਸੀਂ ਸਾਰੇ ਜਹਾਨ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਗੁਰਦੁਆਰਾ ਘਰ ਦੇ ਜਿਹੜੇ ਚੋਣ ਹੈ ਉਹ 2011 ਤੋਂ ਬਾਅਦ ਅੱਜ 13 ਸਾਲ ਹੋ ਗਏ ਕਰਾਏ ਨਹੀਂ ਗਏ। ਇਸ ਤੋਂ ਇਲਾਵਾ ਜਿਹੜੇ ਧਾਰਾ 87 ਦੇ ਗੁਰੂ ਘਰ ਹੈ ਜੋ ਕਿ ਪੰਜਾਬ ਸਰਕਾਰ ਕਰਾਉਂਦੀ ਹੈ ਉਹਨਾਂ ਨੇ ਵੀ ਇਹ ਹੁਣ 17 ਸਾਲ ਹੋ ਗਏ। 2005 ਦੇ ਵਿੱਚ ਇਹ ਹੋਏ ਸੀਗੇ, ਹੁਣ 19ਵੇਂ ਸਾਲ ਚੱਲ ਰਿਹਾ। ਉਹ ਸਾਡੇ ਲੋਕਲ ਕਮੇਟੀ ਗੁਰਦੁਆਰਿਆਂ ਦੇ ਨਹੀਂ ਕਰਾਏ। ਜਿਹੜਾ ਇਲੈਕਸ਼ਨ ਕਮਿਸ਼ਨ ਸਿੱਖ ਗੁਰਦੁਆਰਾ ਐਕਟ ਦਾ ਹੈਗਾ, ਉਹਨਾਂ ਨੇ ਇੱਕ ਹਦਾਇਤ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਸਾਡੇ ਗੁਰੂ ਘਰ ਦੇ ਚੋਣਾਂ ਦਾ ਕੰਮ ਸ਼ੁਰੂ ਕੀਤਾ ਜਾਏ। ਨਾ ਭਗਵੰਤ ਮਾਨ ਨੇ ਨਾ ਸੈਂਟਰ ਨੇ ਕਿਸੇ ਨੇ ਵੀ ਇਸ ਦੇ ਉੱਤੇ ਅਮਲ ਨਹੀਂ ਕੀਤਾ ਹੈਗਾ। ਸਾਡੇ ਗੁਰੂ ਘਰਾਂ ਦੇ ਵਿੱਚ ਕੁੜੈਤਾਂ ਵੱਧ ਰਹੀਆਂ, 328 ਸਰੂਪ ਗਾਇਬ ਕੀਤੇ ਗਏ ਹੈ। ਇਹਦੇ ਵਿੱਚ PTC ਦਾ ਰਾਜ ਕੀਤਾ ਹੋਇਆ, ਗੁਰੂ ਘਰ ਪ੍ਰਚਾਰ ਨਹੀਂ ਕਰ ਰਿਹਾ ਔਰ ਸਿੱਖੀ ਪ੍ਰਫੁੱਲਤ ਕਰਨ ਦੀ ਥਾਂ ਦਿਨ ਪਰ ਦਿਨ ਬੇਅਦਬੀਆਂ ਅਤੇ ਹੋਰ ਕੁੜੈਤਾਂ ਹੋ ਰਹੀਆਂ, ਜਿਹਦੇ ਵਿੱਚ ਤੰਬਾਕੂ ਕੰਪਨੀ ਤੋਂ ਪੈਸੇ ਲੈ ਕੇ ਅਕਾਲੀ ਦਲ ਨੇ ਉੱਥੇ ਆਨੰਦਪੁਰ ਸਾਹਿਬ 'ਚ ਵੀ ਸਿਗਰਟਾਂ ਅਤੇ ਹੋਰ ਜਿਹੜੇ ਨਸ਼ਈ ਚੀਜ਼ਾਂ ਹੈਗੀਆਂ ਉਹ ਬਾਰ ਬਾਰ ਸਾਨੂੰ ਮਿਲਦੀਆਂ। ਸੋ ਇਹ ਪ੍ਰਬੰਧ ਜਿੰਨੀ ਦੇਰ ਚੋਣ ਨਹੀਂ ਹੁੰਦੇ ਅਸੀਂ ਆਪਣੇ ਆਪ ਦੇ ਗੁਰੂ ਘਰ 'ਚ ਸਫਾਈ ਨਹੀਂ ਕਰ ਸਕਦੇ, ਸਗੋਂ ਇੱਥੇ ਚੋਣ ਕਰਾ ਕੇ ਸਾਨੂੰ ਆਪ ਦੀ ਸਫਾਈ ਕਰਨ ਦੀ ਥਾਂ ਭਗਵੰਤ ਮਾਨ ਵਿਧਾਨ ਸਭਾ 'ਚ, ਜਿੱਥੇ ਕੋਈ ਮਜਬੂਰੀ ਨਹੀਂ ਕਿ ਸਿੱਖ ਉੱਥੇ ਹੋਵੇ ਨਾ ਹੋਵੇ, ਹਰੇਕ ਵਰਗ ਦਾ ਹਰੇਕ ਧਰਮ ਦਾ ਉੱਥੇ ਚੁਣਿਆ ਜਾਂਦਾ ਹੈ। ਪਰ ਉਹ ਗੁਰਸਿੱਖ ਹੋਏ ਨਾ ਹੋਏ ਉਹ ਵੀ ਸਾਡੇ ਉੱਤੇ ਕਾਨੂੰਨ ਲਾਗੂ ਕਰਨ ਲੱਗ ਪਏ ਹੈ, ਪਰ ਆਪ ਜਿਹੜਾ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਹੁੰਦਾ ਚੋਣ ਦਾ ਉਹਦੇ ਉੱਤੇ ਕੋਈ ਅਮਲ ਨਹੀਂ ਕਰ ਰਹੇ। ਇਹ ਬਹੁਮਤ ਦੀ ਚਾਲ ਹੈ, ਘੱਟ ਗਿਣਤੀਆਂ ਦੀਆਂ ਸੰਸਥਾਵਾਂ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈ ਉਹਨਾਂ ਨੂੰ ਬੇਅਦਬੀਆਂ 'ਚ ਰੋਲ ਕੇ ਆਪਸ 'ਚ ਲੜਾਈਆਂ ਪਵਾ ਕੇ ਇਹਨਾਂ ਨੇ ਨਾ ਸਾਡੇ ਚੋਣ ਹੋਣ ਦੇਣੇ ਹੈ ਨਾ ਸਾਨੂੰ ਆਪਣੇ ਗੁਰੂ ਘਰ ਠੀਕ ਤਰ੍ਹਾਂ ਚਲਾਉਣ ਦੇਣੇ ਹੈ।